ਮੋਦੀ ਤੇ ਸ਼ਾਹ ਜਿਹੜੀ ਜੋੜੀ ਹੈ ਨਾ, ਇਹ ਬੜੀ ਸਾਜ਼ਿਸ਼ ਜੋੜੀ ਹੈ। ਅੱਜ ਇਹ ਕੁਰਸੀ ਰੱਖਣ ਦੇ ਮਾਰੇ ਲੜ ਰਹੇ ਨੇ, ਤੇ ਢੀਂਡਸਾ ਪਰਿਵਾਰ ਕਿਤੇ ਕੁਰਸੀ ਜੇ ਛੱਡਣ ਤਾਂ ਸਾਨੂੰ ਮਿਲ ਜਾਵੇ, ਉਹ ਅੱਜ ਕੁਰਸੀ ਦੇ ਲਾਲਚ ਵਿੱਚ ਪਏ ਪਏ ਨੇ। ਅੱਜ ਉਹਨਾਂ ਨੇ ਦੋਵੇਂ ਅਕਾਲੀ ਦਲ ਪਾੜ ਕੇ ਰੱਖਦੇ ਆ, ਤੇ ਉਹ ਮੋਦੀ ਉਹਨਾਂ ਨੇ ਫਾਇਦੇ ਠਾ ਕੇ ਜਿਹੜੇ ਮੋਦੀ ਦੇ ਗੁਣ ਗਾਉਂਦੇ ਸੀ, ਅੱਜ ਉਹ ਮੋਦੀ ਨੇ ਭੜਕਾ ਕੇ ਧਰਤੀ ਨਾਲ ਮਾਰਿਆ। ਇਹੀ ਰਿਜ਼ਰਵ ਕਰਦੇ ਜੇ ਮਾੜੀ ਜੀ ਵੀ ਅਣਖ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਬਹੁਤ ਪਹਿਲਾਂ ਹੀ ਉਹਨੇ ਛੱਡ ਕੇ ਆਉਣਾ ਚਾਹੀਦਾ ਸੀ, ਲੇਕਿਨ ਇਹ ਲਾਲਚੀ ਨੇ ਨਹੀਂ ਆਉਂਦੇ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅਕਾਲੀ ਦਲ ਉੱਤੇ ਵੱਡਾ ਹਮਲਾ ਬੋਲਿਆ ਹੈ। ਬੀਬੀ ਭੱਠਲ ਨੇ ਆਖਿਆ ਕਿ ਜਿਹੜੇ ਅਕਾਲੀ ਮੋਦੀ ਦੇ ਗੁਣ ਗਾਉਂਦੇ ਸੀ, ਉਹੀ ਅਕਾਲੀਆਂ ਨੂੰ ਮੋਦੀ ਨੇ ਭੜਕਾ ਕੇ ਧਰਤੀ ਨਾਲ ਮਾਰਿਆ। ਇਸ ਦੇ ਨਾਲ ਹੀ ਭੱਠਲ ਨੇ ਕਿਹਾ ਕਿ ਜੇਕਰ ਬਾਦਲਾਂ 'ਚ ਅਣਖ ਹੈ ਤਾਂ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ। ਕੁਰਸੀ ਦਾ ਜ਼ਿਕਰ ਕਰਦਿਆਂ ਭੱਠਲ ਨੇ ਢੀਂਡਸਾ ਪਿਓ ਪੁੱਤ ਨੂੰ ਵੀ ਨਾਲ ਹੀ ਲਪੇਟਿਆ। ਦੇਖੋ, ਇਹ ਮੋਦੀ ਅਤੇ ਸ਼ਾਹ ਜਿਹੜੀ ਜੋੜੀ ਹੈ ਨਾ, ਇਹ ਬੜੀ ਸਾਜ਼ਿਸ਼ ਜੋੜੀ ਹੈ। ਇਹਨਾਂ ਨੇ ਇੱਕ ਅਖੌਤ ਹੈ, ਮੈਂ ਕਿਸੇ ਅਕਾਲੀ ਦਲ ਜਾਂ ਕਿਸੇ ਲੀਡਰ ਨੂੰ ਨਹੀਂ ਕਹਿਣਾ ਚਾਹੁੰਦੀ, ਮੈਂ ਅਖੌਤ ਕਹਿਣਾ ਚਾਹੁੰਦੀ ਹਾਂ। ਮੋਦੀ ਸ਼ਾਹ ਨੇ ਜਿਹੜੀ ਤੁਸੀਂ ਕੈਬਨਿਟ ਦੀ ਗੱਲ ਕਰਦੇ ਹੋ, ਇਹਨੇ ਅਖੌਤ ਇਹ ਕਹਿੰਦੀ ਹੁੰਦੀ ਸੀ ਕਿ ਬਾਂਦਰਾਂ ਵਿਚਾਲੇ ਗੁੜ ਦੀ ਭੇਲੀ ਸਿੱਟ ਦਿਓ। ਉਹਨੇ ਇਹ ਜਿਹੜੀ ਸੈਂਟਰ ਦੀ ਮਿਨਿਸਟਰੀ ਵਾਲੀ ਗੱਲ ਹੈਗੀ ਹੈ, ਅਖਬਾਰਾਂ 'ਚ ਲਵਾ ਕੇ ਢੀਂਡਸਾ ਬਣ ਰਿਹਾ, ਇਹ ਬਣ ਰਹੇ ਨੇ, ਉਹਨੇ ਉਹ ਜੋ ਉਹੀ ਅਖੌਤ ਉਦਾਹਰਨ ਪੂਰੀ ਕਰਤੀ ਗੁੜ ਦੀ ਭੇਲੀ ਸਿੱਟਣ ਵਾਲੀ। ਉਹਦੇ 'ਤੇ ਹੁਣ ਅਕਾਲੀ ਦਲ ਆਪਸ ਵਿੱਚ ਲੜ ਮਾਰਦਾ। BJP ਆਪਣਾ ਬਦਲਾ ਲੜ ਕਰਦਾ ਸਾਰਾ ਅਕਾਲੀ ਦਲ ਇਹੋ ਜਿਹੀ ਵਾਸਤੇ, ਕਿਉਂਕਿ ਇਹਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਕੇ ਕਿਸ ਤਰੀਕੇ ਨਾਲ ਜਿੰਨੇ ਫੈਸਲੇ ਹੋਏ, ਆਹ ਬਾਰਡਰ ਸਟੇਟਾਂ ਨੂੰ ਫਾਇਦੇ ਹੋਏ, ਸਭ ਤੋਂ ਪਹਿਲਾਂ BJP ਵਾਲਿਆਂ ਦੇ ਵਿੱਚ, ਜਿਹੜੀ BJP ਦੇ ਵਿੱਚ ਹੋਇਆ ਸੀ ਕੰਮ, ਉਦੋਂ BJP ਸਰਕਾਰ ਵੇਲੇ ਸ਼ੁਰੂਆਤ ਕੀਤੇ ਪਹਾੜੀ ਰਾਜਾਂ ਨੂੰ ਜਿਹੜਾ ਇਹਨਾਂ ਨੇ ਦੇਣ ਦਾ ਮਦਦ ਕੀਤਾ ਸੀ। ਇਹਨਾਂ ਨੇ ਪੰਜਾਬ ਦਾ ਕਦੇ ਹੱਕ ਮੰਗਿਆ ਹੀ ਨਹੀਂ ਅਕਾਲੀ ਦਲ ਨੇ। ਜੇ ਸੰਤ ਹਰਚਰਨ ਸਿੰਘ ਅਤੇ ਸੁਰਜੀਤ ਸਿੰਘ ਬਰਨਾਲੇ ਨੇ ਪੰਜਾਬ ਅਕੋਰਡ ਕਰਕੇ ਰਾਜੀਵ ਜੀ ਨਾਲ ਕੁਛ ਲੈ ਕੇ ਆਏ, ਤਾਂ ਇਹਨਾਂ ਨੂੰ ਇਕੱਲੀ ਕੁਰਸੀ ਨਹੀਂ ਸੀ ਮਿਲਦੀ, ਕੁਰਸੀ ਬਰਨਾਲੇ ਨੂੰ ਮਿਲਣੀ ਸੀ। ਉਦੋਂ ਵੀ ਕੁਰਸੀ ਪਿੱਛੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਅਤੇ ਅੱਜ ਵੀ ਇਹ ਜਿਹੜੇ ਸਮਝਦੇ ਨੇ ਕਿ ਇਹਨਾਂ ਦਾ ਹੁਣ ਸਾਹਮਣੇ ਅਸਲੀ ਚਿਹਰਾ ਨੰਗਾ ਆ ਗਿਆ, ਅਤੇ ਉਹ ਮੋਦੀ ਉਹਨਾਂ ਨੇ ਫਾਇਦੇ ਠਾ ਕੇ ਜਿਹੜੇ ਮੋਦੀ ਦੇ ਗੁਣ ਗਾਉਂਦੇ ਸੀ, ਅੱਜ ਉਹ ਮੋਦੀ ਨੇ ਭੜਕਾ ਕੇ ਧਰਤੀ ਨਾਲ ਮਾਰ ਲਿਆ। ਇਹੀ ਰਿਜ਼ਰਵ ਕਰਦੇ ਸੀ ਦਿੱਲੀ ਦੇ ਵਿੱਚ, ਜਿਵੇਂ BJP ਨਾਲ ਇਹਨਾਂ ਨੇ ਗੱਠਜੋੜ ਤੋੜਿਆ, ਕੀ ਸੁਖਬੀਰ ਨੂੰ ਚਾਹੀਦਾ ਨਹੀਂ ਹਰਸਿਮਰਤ ਕੌਰ ਦਾ ਕੈਬਨਿਟ ਦਾ ਵੀ ਅਸਤੀਫਾ ਦੇਣਾ ਚਾਹੀਦਾ, ਕਿਵੇਂ ਦੇਖਦੇ ਤੁਸੀਂ? ਜੇ ਮਾੜੀ ਜੀ ਵੀ ਅਣਖ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਬਹੁਤ ਪਹਿਲਾਂ ਹੀ, ਅੱਜ ਹੀ ਇਕੱਲਾ BJP ਤੋਂ, ਅੱਜ ਤਾਂ ਉਹਨਾਂ ਨੇ ਕੱਢ ਕੇ ਸਿੱਟਤਾ, ਤੁਹਾਨੂੰ ਸੀਟ ਹੀ ਕੋਈ ਦੇਣੀ, ਅੱਜ ਤਾਂ ਰੂੜੀ ਦਾ ਕੂੜਾ ਰੂੜੀ 'ਤੇ ਸਿੱਟਤਾ ਉਹਨਾਂ ਨੇ। ਅੱਜ ਦੀ ਗੱਲ ਤਾਂ ਚਾਹੀਦੀ ਹੈ, ਲੇਕਿਨ ਇਸ ਤੋਂ ਪਹਿਲਾਂ ਵੀ ਅਸੀਂ ਬੜੀ ਵਾਰ ਕਹਿੰਦੇ ਸੀ ਕਿ ਜਦੋਂ ਮੋਦੀ ਨੇ ਪੰਜਾਬ ਦੇ ਕਿਸਾਨਾਂ ਵਾਲੇ ਕੇਸਾਂ ਦੇ ਵਿੱਚ ਪੰਜਾਬ ਦੀ ਮਦਦ ਨਹੀਂ ਕੀਤੀ, ਜਦੋਂ ਪੰਜਾਬ ਦੇ ਵਾਸਤੇ ਕੋਈ ਫੈਸਲਾ ਨਹੀਂ ਦਿੱਤਾ, ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ, ਇਹਨੂੰ ਛੱਡ ਕੇ ਆਉਣਾ ਚਾਹੀਦਾ ਸੀ, ਲੇਕਿਨ ਇਹ ਲਾਲਚੀ ਨੇ ਨਹੀਂ ਆਉਂਦੇ। ਅੱਜ ਇਹ ਕੁਰਸੀ ਰੱਖਣ ਦੇ ਮਾਰੇ ਲੜ ਰਹੇ ਨੇ, ਅਤੇ ਢੀਂਡਸਾ ਪਰਿਵਾਰ ਕਿਤੇ ਕੁਰਸੀ ਜੇ ਛੱਡਣ ਤਾਂ ਸਾਨੂੰ ਮਿਲ ਜਾਵੇ, ਉਹ ਅੱਜ ਕੁਰਸੀ ਦੇ ਲਾਲਚ ਵਿੱਚ ਪਏ ਪਏ ਨੇ। ਅੱਜ ਉਹਨਾਂ ਨੇ ਦੋਵੇਂ ਅਕਾਲੀ ਦਲ ਪਾੜ ਕੇ ਰੱਖਤੇ ਹੈ, ਇੱਕ ਕੁਰਸੀ ਖੋਣ ਵਾਲਾ ਲੈਣ ਵਾਲਾ, ਇੱਕ ਕੁਰਸੀ ਨਾ ਛੱਡਣ ਵਾਲਾ। ਅੱਜ ਅਕਾਲੀ ਦਲ ਦੋ ਫਾੜ ਕੁਰਸੀ ਪਿੱਛੇ ਹੋ ਗਿਆ, ਅਤੇ ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਅਜੇ ਵੀ ਜੇ ਅਕਲ ਆਵੇ ਤਾਂ ਇਹ ਜਿਹੜੇ BJP ਵਾਲੇ ਆ, ਇਹ ਪੰਜਾਬ ਦੇ ਦੁਖੀ ਨੇ, ਇਹ ਸਾਡੇ ਆਪਣੇ ਹਮੇਸ਼ਾ ਸਾਡੇ ਨਾਲ ਧੱਕਾ ਕਰਦੇ ਰਹੇ ਨੇ, ਇਹਨਾਂ ਨੂੰ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਔਰ ਅਲ ਬਲਬੂਤੇ 'ਤੇ ਲੜਨ ਆ ਕੇ। ਇੱਕ ਸੁਖਬੀਰ ਬਾਦ 2 ਤਰੀਕ ਨੂੰ ਰੈਲੀ ਕਰਨ ਜਾ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉਹ ਕਹਿੰਦੇ ਵੀ ਮੈਂ ਢੀਂਡਸੇ ਦੇ ਗੜ੍ਹ ਦੇ ਵਿੱਚ ਆਪਣੇ ਵਰਕਰ ਅੱਗੇ ਲੈ ਕੇ ਆਊਂਗਾ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਮੈਂ ਜਿਸ ਤਰ੍ਹਾਂ ਦੱਸਿਆ ਕਿ ਢੀਂਡਸਿਆਂ ਨੂੰ ਤਕੜਾ ਕਰਨ ਵਾਲਾ ਵੀ ਸੁਖਬੀਰ ਸੀਗੀ, ਮੇਰੇ ਮੁਕਾਬਲੇ 'ਚ ਪਰਮਿੰਦਰ ਸਿੰਘ ਢੀਂਡਸੇ ਨੂੰ ਕਿਹਨੇ ਟਿਕਟ ਦਿੱਤੀ? ਸੁਖਬੀਰ ਸਿੰਘ ਬਾਦਲ ਨੇ। ਆਪੇ ਆਪਦੇ ਜਿਹੜੇ ਕਹਿੰਦੇ ਆਪੇ ਫਤੜੀਏ, ਤੁਹਾਡੇ ਆਪ ਹੀ ਕੰਡੇ ਚੁੱਪਦੇ ਫਿਰਦੇ ਹੋ, ਆਪਦੇ ਵਿਛਾਏ ਵੀ ਕੰਡੇ ਆਪ ਚੁੱਕਦੇ ਫਿਰਦੇ ਨੇ। ਕੱਲ੍ਹ ਤਾਂ ਇਹਨਾਂ ਨੇ ਉਹਨਾਂ ਨੂੰ ਵਜ਼ੀਰੀਆਂ 10-10 ਸਾਲ ਦਿੱਤੀਆਂ, ਇੰਨੀ ਇੰਨੀ ਵਾਰ ਰਾਜ ਸਭਾ ਦੇ ਮੈਂਬਰ ਬਣਾ ਕੇ ਸੈਂਟਰ 'ਚ ਵਜ਼ੀਰ ਬਣਾਇਆ, ਆਹ ਜ਼ਿਲ੍ਹੇ ਦੀ ਪੂਰੀ ਜਿਵੇਂ ਕਹਿੰਦੇ ਠੇਕੇਦਾਰੀ ਸੌਂਪਤੀ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੋ ਹੋਊ, ਜੋ ਸੁਖਦੇਵ ਸਿੰਘ ਢੀਂਡਸਾ ਚਾਹੂ ਉਹ ਹੋਊਗਾ। ਅਤੇ ਢੀਂਡਸਾ ਜੀ ਨੇ ਪਹਿਲਾਂ ਤਾਂ ਸਾਰੀ ਪਾਵਰ ਆਪਦੀ ਅਤੇ ਆਪਦੇ ਪਰਿਵਾਰ ਵਾਸਤੇ ਵਰਤੀ, ਇੱਥੇ ਤਾਂ ਸਾਰਾ ਅਕਾਲੀ ਦਲ ਖਤਮ ਕਰਤਾ, ਅੱਜ ਅਕਾਲੀ ਵਰਕਰ ਕਿਉਂ ਰੋਂਦੇ ਫਿਰਦੇ ਨੇ? ਔਰ ਉਹਦਾ ਜ਼ਿੰਮੇਵਾਰ ਕੌਣ ਹੈ? ਉਹਦਾ ਢੀਂਡਸਾ ਪਰਿਵਾਰ ਜ਼ਿੰਮੇਵਾਰ ਹੈ, ਕਿਉਂਕਿ ਇਹਦਾ ਠੇਕਾ ਜ਼ਿਲ੍ਹੇ ਸੰਗਰੂਰ ਦਾ ਸਾਰਾ ਸੁਖਬੀਰ ਬਾਦਲ ਨੇ ਇਹਨੂੰ ਦਿੱਤਾ ਸੀ। ਅੱਜ ਸੁਖਬੀਰ ਬਾਦਲ ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ? ਅੱਜ ਹੁਣ ਤਾਂ ਕਹਿੰਦਾ ਸੀ ਇਹਨਾਂ ਨੂੰ ਆਪਣਾ ਨੀਵਾਂ ਦਿਖਾਉਣ ਦੇ ਮਾਰੇ ਕਰਦੇ ਹਾਂ, ਉੱਚਾ ਵੀ ਤੁਸੀਂ ਚੱਕਿਆ ਗਾ, ਨੀਵਾਂ ਵੀ ਤੁਸੀਂ ਚੱਕਿਆ ਗਾ, ਪਰ ਸਾਡੇ ਨਾਲ ਤਾਂ ਧੱਕਾ ਕੀਤਾ ਨਾ। ਸਾਨੂੰ ਪਤਾ ਸੀ ਇਸ ਨਸਲ ਦਾ ਕਿ ਇਹ ਜਿਹੜੇ ਢੀਂਡਸੇ ਵਗੈਰਾ ਹੈਗੇ ਪਰਿਵਾਰ ਹੈ, ਇਹ ਖੁਦਗਰਜ਼ੀ ਤੋਂ ਬਾਹਰ ਨਿਕਲਦੇ ਨਹੀਂ। ਇਹਨਾਂ ਨੇ 5-6 ਵਾਰ ਤਾਂ ਸੀਟਾਂ ਬਦਲੀਆਂ, ਹਰੇਕ ਥਾਂ ਜਿੱਤ ਜਾਂਦੇ ਆ, ਛੱਡ ਕੇ ਫਾਇਦਾ ਠਾ ਕੇ ਉਹਨੂੰ ਛੱਡ ਜਾਂਦੇ ਆ। ਅੱਜ ਅਕਾਲੀ ਦਲ ਤੋਂ ਫਾਇਦੇ ਲੈ ਕੇ ਉਹਦੇ ਲੈ ਕੇ ਅੱਜ ਅਕਾਲੀ ਦਲ ਨੂੰ ਛੱਡਣਾ ਚਾਹੁੰਦੇ ਨੇ। ਸੋ ਇਸ ਕਰਕੇ ਇਹ ਰੈਲੀਆਂ ਕਰੀ ਜਾਣ, ਇੱਥੇ ਢੀਂਡਸਾ ਰੈਲੀਆਂ ਕਰਦਾ ਫਿਰਦਾ, ਉੱਥੇ ਉਹ ਰੈਲੀਆਂ ਕਰਦਾ ਫਿਰਦਾ, ਇਹ ਆਪਸ ਵਿੱਚ ਫਟੇ ਫਿਰਦੇ ਨੇ। ਇਹਨਾਂ ਦਾ ਸਿਆਸੀ ਅੰਤ ਹੈ ਸਾਰੇ ਅਕਾਲੀਆਂ ਦਾ, ਇੰਨੇ ਟੁਕੜਿਆਂ 'ਚ ਵੰਡੀ ਗਈ। ਅਕਾਲੀ ਦਲ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ, ਸਾਰੇ ਖਤਮ ਹੋਣਗੇ, ਨਾ ਅੱਡ ਹੋਣ ਵਾਲੇ, ਅੱਡ ਹੋਣ ਵਾਲੇ ਵੀ ਕਿਸੇ ਤਿਆਗ ਵਾਸਤੇ ਕੁਰਬਾਨੀ ਵਾਸਤੇ ਨਹੀਂ, ਉਹ ਸੈਂਟਰ ਦੀ ਮਿਨਿਸਟਰੀ ਕਿ ਹਰਸਿਮਰਤ ਨੂੰ ਕੱਢੀ, ਅਸੀਂ ਤਕੜੇ ਹਾਂ ਜੀ, ਅਸੀਂ ਲਿਆਵਾਂਗੇ। ਉਹ ਉੱਥੇ ਜ਼ੋਰ ਅਜਮਾਈ ਕਰਕੇ ਉਹ ਵੀ ਮੀਟਿੰਗਾਂ ਕਰਦੇ ਫਿਰਦੇ ਆ,
ਅਤੇ ਇੱਥੇ ਸੁਖਬੀਰ ਹੋਣੀ ਵੀ ਉਹਨਾਂ ਨੂੰ ਦਿਖਾਉਣ ਵਾਸਤੇ ਮੋਦੀ ਹੋਣੀ ਸਾਨੂੰ ਨਾ ਕੱਢਿਓ ਪਾਵਰ ਸਾਡੇ ਕੋਲ ਹੀ ਹੈ ਉਹ ਰੈਲੀਆਂ ਕਰਦੇ ਫਿਰਦੇ ਇਹ ਰੈਲੀਆਂ ਸਭ ਕੁਰਸੀ ਪਿੱਛੇ ਹੈ ਦਿੱਲੀ ਵਾਲੀ ਪਿੱਛੇ ਇੱਕ ਕਾਂਗਰਸ ਦੇ ਅਹੁਦੇ ਜਿਹੜੇ ਰੱਦ ਕੀਤੇ ਗਏ ਨੇ ਉਹਨੂੰ ਕਿਵੇਂ ਦੇਖੀ ਇਹ ਦੇਖੋ ਜਦੋਂ ਰੀਵੈਂਪ ਹੁੰਦਾ ਤਾਂ ਉਹਦੇ ਵਿੱਚ ਨੈਚੁਰਲੀ ਥੋੜ੍ਹਾ ਜਿਹਾ ਸਟਾਫ ਗੈਪ ਅਰੇਂਜਮੈਂਟ ਬਣਾਇਆ ਜਾਂਦਾ ਹੈਗਾ ਜਿਹੜਾ ਟੈਂਪਰੇਰੀ ਹੁੰਦਾ ਥੋੜ੍ਹੇ ਸਮੇਂ ਲਈ ਹੁੰਦਾ ਉਹਦੇ ਵਿੱਚ ਦੋਨੇ ਪਾਸਿਓਂ ਸਰਕਾਰ ਵਾਲੇ ਪਾਸਿਓਂ ਸਰਕਾਰ ਦੇ ਮਿਨਿਸਟਰ ਜਿਹੜੇ ਕੁਛ ਲੈ ਕੇ ਅਤੇ ਇਵੇਂ ਜਿਵੇਂ ਜਿਹੜੇ ਕੁਛ ਬੰਦੇ ਸਾਡੇ AICC ਦੇ ਜਿਹਨੇ ਸੈਕਟਰੀ ਨੇ ਅੰਬਿਕਾ ਜੀ ਕੁਲਜੀਤ ਨਾਗਰਾ ਗੁਰਕੀਰ ਕੋਲਟੀ ਇਹ ਸਾਡੇ ਸੈਕਟਰੀ ਹੈ AICC ਦੇ ਉਹਨਾਂ ਨੇ ਤਾਂ ਕਿ ਆਲ ਇੰਡੀਆ ਕਾਂਗਰਸ ਕਮੇਟੀ ਦਾ ਪੱਖ ਕੀ ਹੈ ਅਤੇ ਜਾਣਨ ਵਾਸਤੇ ਇਮੀਜੀਏਟਲੀ ਕਿਉਂਕਿ ਵਿੱਚ ਬੈਠੇ ਨੇ ਉਹ ਅਤੇ ਇਹ ਸਰਕਾਰ 'ਚ ਬੈਠੇ ਨੇ ਉਹ ਇੱਕ ਸਟੋਪ ਗੈਪ ਅਰੇਂਜਮੈਂਟ ਕੀਤਾ ਤਾਂ ਕਿ ਨਵੀਂ ਸਾਡੀ ਜਿਹੜੀ ਹੈਗੀ ਹੈ ਮੁੜ ਕੇ ਕਾਂਗਰਸ ਬਣਾਉਣੀ ਹੈ ਵੱਡੀ ਪਾਰਟੀ ਬਣਾਉਣੀ ਹੈ ਹੋਰ ਫੈਸਲੇ ਲੈਣੇ ਆ ਬੜੇ ਅਹਿਮ ਫੈਸਲੇ ਸਾਡੀ ਪਾਰਟੀ ਸੋਨੀਆ ਜੀ ਲੈ ਰਹੇ ਨੇ ਜਿਵੇਂ ਹੁਣ ਵੀ ਉਹਨਾਂ ਨੇ ਸਾਰੀ ਮੀਟਿੰਗ ਬੁਲਾ ਕੇ ਬੜੇ ਇੰਪੋਰਟੈਂਟ ਮੁੱਦਿਆਂ 'ਤੇ ਗੱਲ ਕੀਤੀ ਹੈ ਦਿੱਲੀ ਚੁਣਾਵ ਦੇ ਵਿੱਚ ਤੁਹਾਡੀ ਕੀ ਤਿਆਰੀ ਹੈ ਜਾਣ ਇਹ ਸਾਡੀ ਤਾਂ ਹੈ ਹੀ ਜੋ ਅਸੀਂ ਡਟ ਕੇ ਲੜਾਂਗੇ ਸਾਡੀ ਪਾਰਟੀ ਜਿਹੜੀ ਹੈਗੀ ਹੈ ਜੇ ਟਿਕਟਾਂ ਦੇ ਰਹੀ ਹੈ ਕੁਛ ਦਿੱਤੀਆਂ ਗਈਆਂ ਸਾਡੀ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਨਾਲ ਹਾਂ ਅਤੇ ਬਿਲਕੁਲ ਸਾਰੀਆਂ ਥਾਵਾਂ 'ਤੇ ਮੈਂ ਅੱਗੇ ਵੀ ਗਈ ਹਾਂ ਹੁਣ ਵੀ ਸਾਰੀਆਂ ਥਾਵਾਂ 'ਤੇ ਜਾਣਾ ਹੀ ਹੈ ਸਾਡਾ ਤਾਂ ਫਰਜ਼ ਹੈ ਕਿ ਪਾਰਟੀ ਦੇ ਸਿਪਾਹੀ ਹਾਂ ਸਾਰੇ ਅਸੀਂ ਹਰ ਥਾਵਾਂ 'ਤੇ ਜਾਵਾਂਗੇ ਅਤੇ ਇੱਕ ਜਿਹੜੇ ਮੈਂ ਕੱਲ੍ਹ ਫਰੀਡਮ ਫਾਈਟਰ ਸੀ ਉਹਨਾਂ ਦੇ ਵਿੱਚ ਦੂਜੀਆਂ ਮੰਗਾਂ ਦੇ ਨਾਲ ਨਾਲ ਇੱਕ ਟੋਲ ਪਲਾਜ਼ੇ ਦਾ ਮੁੱਦਾ ਆਇਆ ਸੀ ਮੈਨੂੰ ਇਸ ਗੱਲ 'ਤੇ ਬੜਾ ਅਫਸੋਸ ਹੈ ਦੁੱਖ ਹੈ ਕਿ ਇਹ ਸਾਡੀ ਬਿਊਰੋਕਰੇਸੀ ਤਾਂ ਨਹੀਂ ਮੈਂ ਕਹਿ ਸਕਦੀ ਲੇਕਿਨ ਬਿਊਰੋਕਰੇਸੀ ਇਨਡਾਇਰੈਕਟ ਵੇ ਨਾਲ ਆਉਂਦੀ ਹੈ ਕਿ ਜਿਹੜੇ ਜ਼ਿਲ੍ਹੇ ਵਿੱਚ ਕੋਈ ਵੀ ਟੋਲ ਪਲਾਜ਼ੇ ਵਾਲਾ ਜਿਹੜੀ ਪੰਜਾਬ ਦੀ ਸਰਕਾਰ ਨੇ ਟੋਲ ਪਲਾਜ਼ੇ ਦੇ ਮਾਫ਼ ਕੀਤੇ ਵੇ ਨੇ ਕਾਰਡ ਦਿੱਤੇ ਵੇ ਨੇ ਚਾਹੇ ਉਹ ਮੀਡੀਆ ਨੂੰ ਦਿੱਤੇ ਆ ਚਾਹੇ ਉਹ ਦੇਸ਼ ਭਗਤਾਂ ਨੂੰ ਦਿੱਤੇ ਨੇ ਉਹਦੇ ਬਾਵਜੂਦ ਜਿਹੜੇ ਪਰੇਸ਼ਾਨ ਕਰਦੇ ਨੇ ਉਹਨਾਂ ਦੇ ਉੱਤੇ ਉਹ ਜਿਹੜੀਆਂ ਕੰਪਨੀਆਂ ਕੋਲ ਟੋਲ ਪਲਾਜ਼ਾ ਉਹਨਾਂ 'ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਨੂੰ ਅਤੇ ਮੈਂ ਸਟੇਟ ਵੱਲੋਂ ਵੀ ਵਾਰਨਿੰਗ ਦਿੰਦੀ ਹਾਂ ਉਹਨਾਂ ਸਾਰਿਆਂ ਨੂੰ ਵੀ ਸਾਡੇ ਆਪਣੇ ਮੀਡੀਆ ਅਤੇ ਸਾਡੀ ਜਿਹੜੀ ਸਪੈਸ਼ਲੀ ਦੇਸ਼ ਭਗਤ ਨੇ ਜਿਨ੍ਹਾਂ ਦੀ ਆਜ਼ਾਦੀ ਲਿਆਉਣ ਨਾ ਕੁਰਬਾਨੀਆਂ ਕਰਕੇ ਉਹਦੇ ਘਰ ਬਾਰ ਬਰਬਾਦ ਕਰਕੇ ਆਜ਼ਾਦੀ ਲਿਆ ਕੇ ਸਾਨੂੰ ਦਿੱਤੀ ਹੈ ਅੱਜ ਉਹਨਾਂ ਨੂੰ ਤੁਸੀਂ ਇਹਨਾਂ ਥਾਵਾਂ 'ਤੇ ਲੈਣਾ 'ਚ ਖੜਾ ਕਰਦੇ ਹੋ ਇਹਨਾਂ ਉਹਨਾਂ ਅਫਸਰਾਂ ਦੇ ਉੱਤੇ ਉਹਨਾਂ ਕੰਪਨੀਆਂ ਉੱਪਰ ਸਖਤੀ ਨਾਲ ਐਕਸ਼ਨ ਲਿਆ ਜਾਣਾ ਚਾਹੀਦਾ ਇਹ 10 ਸਾਲ ਦੀ ਜਿਹੜੀ ਹੈਗੀ ਹੈ ਨਾ ਮੈਂ ਦੱਸਿਆ 10 ਸਾਲ ਅਕਾਲੀ ਦਲ ਦਾ ਰਾਜ ਪੰਜਾਬ 'ਚ ਅਤੇ ਢੀਂਡਸਿਆਂ ਦਾ ਰਾਜ ਇੱਥੇ ਜ਼ਿਲ੍ਹੇ 'ਚ ਰਹਿਣ ਕਰਕੇ ਕਦੇ ਸਾਡਾ ਕਾਲਜ ਜਾਂਦਾ ਕਦੇ ਸਾਡਾ ਇੰਸਟੀਟਿਊਸ਼ਨ ਦਾ ਆ ਜਾਂਦਾ ਮੈਂ ਤਾਂ ਇੱਥੇ ਲੈ ਕੇ ਆਈ ਹਾਂ ਯੂਨੀਵਰਸਿਟੀ ਕੈਂਪਸ ਤੱਕ ਦੇ ਦਿੱਲੀ ਤੱਕ ਲੈ ਕੇ ਆਈ ਹਾਂ ਇਹ ਇੰਜੀਨੀਅਰ ਕਾਲਜ ਲੈ ਕੇ ਆਈ ਸੀ ਆਹ ਜਿਹੜਾ ਹੈਗਾ ਤੁਸੀਂ ਕਹਿੰਦੇ ਹੋ ਸਿੱਖਿਆ ਵਾਲਾ ਪੰਜਾਬ ਸਿੱਖਿਆ ਬੋਰਡ ਵਾਲਾ ਇਹ ਮੈਂ ਲੈ ਕੇ ਆਈ ਸੀ ਇਹ ਸਾਡਾ ਕੰਮ ਲਿਆਉਣ ਦਾ ਸੀ ਇਹ ਇਹਨਾਂ ਨੇ ਅਕਾਲੀ ਦਲ ਨੇ ਆਪਦੇ ਸਮੇਂ 'ਚ ਇੰਨੀ ਪਤਲੀ ਹਾਲਤ ਕਰਤੀ ਇਹਨਾਂ ਸਾਡੇ ਸੰਸਥਾਵਾਂ ਦੀ ਕਿ ਅੱਜ ਉਹ ਸੋਚਣ ਲੱਗ ਗਈ ਸਰਕਾਰ ਕਿ ਇਹਨਾਂ ਹੋਰ ਪਾਸੇ ਸ਼ਿਫਟ ਕਰੀਏ ਪਰ ਮੈਂ ਜਿੱਥੇ ਤੱਕ ਬੈਠੀ ਹਾਂ ਇੱਥੋਂ ਬਿਲਕੁਲ ਪੂਰੇ ਯਤਨ ਕਰੂੰਗੀ ਕਿ ਇੱਥੋਂ ਕੋਈ ਚੀਜ਼ ਸ਼ਿਫਟ ਨਾ ਹੋਵੇ ਦੱਸ ਦੀ ਕਿ ਸੁਖਬੀਰ ਬਾਦਲ ਅਤੇ ਢੀਂਡਸਾ ਪਿਓ ਪੁੱਤ ਵੱਲੋਂ ਇੱਕ ਦੂਜੇ ਉੱਤੇ ਕੀਤੇ ਜਾ ਰਹੇ ਹਮਲਿਆਂ 'ਤੇ ਦਿੱਲੀ 'ਚ ਭਾਜਪਾ ਅਤੇ ਅਕਾਲੀ ਦਲ ਦੇ ਟੁੱਟੇ ਗੱਠਜੋੜ ਦਾ ਹੁਣ ਵਿਰੋਧੀ ਖੂਬ ਫਾਇਦਾ ਉਠਾਉਂਦੇ ਨਿਸ਼ਾਨੇ ਸਾਧ ਰਹੇ ਨੇ ਸੰਗਰੂਰ ਤੋਂ ਤੇਜਿੰਦਰ ਕੁਮਾਰ ਸ਼ਰਮਾ ਦੀ ਰਿਪੋਰਟ ਸਪੋਕਸਮੈਨ TV